ਸ਼ਿਵ ਕੇ ਦਰਵੇਸ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਆਸਾ ਤੁਸੀਂ ਸਭ ਠੀਕ ਹੋਵੋਗੇ। ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਸਾਈਂ ਸਰਕਾਰ ਦਾ ਤਾਂ ਲਾਡੀ ਸ਼ਾਹ ਸਰਕਾਰ ਜੀ ਤੇ ਉਹਨਾਂ ਦੇ ਇੱਕ ਮੁਰੀਦ ਦਾ ਕਿੱਸਾ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ, ਜਿੱਥੋਂ ਤੁਹਾਨੂੰ ਇਹ ਸਿੱਖਣ ਨੂੰ ਮਿਲੇਗਾ ਕਿ ਦਾਤਾ ਜੀ ਦੇ ਦਰਬਾਰ ਤੇ ਜਾ ਕੇ ਮੰਗਣਾ ਕਿੱਦਾਂ ਤਾਂ ਜੋ ਆਪਣੀ ਮੁਰਾਦ ਜੋ ਵੀ ਚੀਜ਼ ਆਪਾਂ ਨੂੰ ਚਾਹੀਦੀ ਹੈ ਉਹ ਦਾਤਾ ਜੀ ਦੇ ਸਕਣ, ਉਹ ਮੁਰਾਦ ਪੂਰੀ ਹੋ ਸਕੇ। ਕਿਉਂਕਿ ਦਾਤਾ ਜੀ ਦੇ ਦਰਬਾਰ ਤੇ ਬਹੁਤ ਸਾਰੇ ਲੋਕ ਆਪਣੀਆਂ ਦੁਆਵਾਂ ਆਪਣੀਆਂ ਮੁਰਾਦਾਂ ਲੈ ਕੇ ਜਾਂਦੇ ਨੇ ਤੇ ਜੇਕਰ ਉਹਨਾਂ ਨੂੰ ਪਤਾ ਹੋਵੇ ਕਿ ਮੰਗਣਾ ਕਿੱਦਾਂ ਤੇ ਫੇਰ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਮੰਗਣ ਦੇ ਵਿੱਚ ਆਸਾਨੀ ਹੋਵੇਗੀ, ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ। ਇੱਕ ਵਾਰੀ ਦੀ ਗੱਲ ਹੈ, ਇੱਕ ਲੜਕਾ ਜੋ ਕਿ ਸਾਈਂ ਜੀ ਨੂੰ ਆਪਣਾ ਸਭ ਕੁਝ ਮੰਨਦਾ ਸੀ, ਸਾਈਂ ਜੀ ਦੇ ਨਾਲ ਉਹ ਬਹੁਤ ਪਿਆਰ ਕਰਦਾ ਸੀ। ਉਸ ਲੜਕੇ ਨੇ ਬਾਹਰ ਜਾਣਾ ਸੀ ਤੇ ਉਹ ਲੜਕਾ ਸੋਚਦਾ ਕਿ ਬਾਹਰ ਮੈਂ ਜਾਣਾ ਹੈ, ਪਹਿਲਾਂ ਇੱਕ ਵਾਰ ਸਾਈਂ ਜੀ ਦੇ ਦਰਸ਼ਨ ਹੋ ਜਾਣ ਤੇ ਬਹੁਤ ਵਧੀਆ ਹੋ ਜਾਏਗਾ। ਉਹ ਲੜਕਾ ਆਪਣੇ ਇੱਕ ਦੋਸਤ ਦੇ ਨਾਲ ਦਾਤਾ ਜੀ ਦੇ ਦਰਬਾਰ ਤੇ ਆਉਂਦਾ। ਉਹ ਲੜਕਾ ਆ ਕੇ ਸਲਾਮ ਕਰਦਾ ਤੇ ਬੈਠ ਜਾਂਦਾ। ਉਸ ਲੜਕੇ ਦੇ ਮਨ ਦੇ ਵਿੱਚ ਇਦਾਂ ਸੀ ਕਿ ਮੈਂ ਆਪਣੇ ਬਾਹਰ ਜਾਣ ਦਾ ਪ੍ਰੋਸੈਸ ਸ਼ੁਰੂ ਕਰਨਾ ਹੈ, ਕਿਉਂ ਨਾ ਉਸ ਤੋਂ ਪਹਿਲਾਂ ਇੱਕ ਵਾਰੀ ਸਾਈਂ ਜੀ ਦੇ ਦਰਸ਼ਨ ਹੋ ਜਾਣ। ਉਹ ਲੜਕਾ ਉੱਥੇ ਬੈਠ ਕੇ ਸੋਚ ਰਿਹਾ ਸੀ। ਉਹ ਲੜਕਾ ਉੱਥੋਂ ਦੇ ਸੇਵਾਦਾਰਾਂ ਨੂੰ ਪੁੱਛਦਾ ਕਿ ਸਾਈਂ ਜੀ ਕਦੋਂ ਮਿਲਣਗੇ, ਤਾਂ ਸੇਵਾਦਾਰ ਕਹਿੰਦੇ ਨੇ ਕਿ ਸਾਈਂ ਜੀ ਦੀ ਆਪਣੀ ਮੌਜ ਹੈ, ਤੁਸੀਂ ਬੈਠ ਕੇ ਵੇਟ ਕਰ ਲਓ, ਹੋ ਸਕਦਾ ਦਾਤਾ ਜੀ 2 ਮਿੰਟਾਂ ਦੇ ਵਿੱਚ ਆ ਜਾਣ, ਹੋ ਸਕਦਾ ਕਿ ਟਾਈਮ ਲੱਗ ਜਾਵੇ, ਜੇ ਬੈਠਣਾ ਤਾਂ ਬੈਠ ਸਕਦੇ ਹੋ, ਇਹ ਤੁਹਾਡੀ ਮਰਜ਼ੀ ਹੈ। ਤਾਂ ਉਹ ਲੜਕਾ ਉੱਥੇ ਬੈਠ ਜਾਂਦਾ, ਵੇਟ ਕਰਨ ਲੱਗ ਜਾਂਦਾ। ਕਾਫੀ ਸਮੇਂ ਤੋਂ ਬਾਅਦ ਉਹ ਫੇਰ ਸੇਵਾਦਾਰਾਂ ਨੂੰ ਪੁੱਛਦਾ ਕਿ ਸਾਈਂ ਜੀ ਹੁਣ ਕਦੋਂ ਕਹਾਉਣਗੇ। ਸੇਵਾਦਾਰ ਫੇਰ ਉਹੀ ਜਵਾਬ ਦਿੰਦੇ ਨੇ ਕਿ ਭਾਜੀ ਦਾਤਾ ਜੀ ਦੀ ਆਪਣੀ ਮੌਜ ਹੈ, ਜਦੋਂ ਉਹਨਾਂ ਦੀ ਆਪਣੀ ਮਰਜ਼ੀ ਹੋਈ ਉਹਨਾਂ ਨੇ ਉਦੋਂ ਆਉਣਾ, ਤੁਸੀਂ ਜਾਂ ਤੇ ਬੈਠ ਕੇ ਵੇਟ ਕਰ ਲਓ, ਜਾਂ ਜੇਕਰ ਤੁਹਾਨੂੰ ਜਲਦੀ ਹੈ ਜਾਂ ਕਿਸੇ ਗੱਲ ਦੀ ਦੇਰੀ ਹੋ ਰਹੀ ਹੈ ਤਾਂ ਤੁਸੀਂ ਜਾ ਵੀ ਸਕਦੇ ਹੋ। ਤਾਂ ਉਹ ਲੜਕਾ ਕਹਿੰਦਾ ਸੀ ਕਿ ਮੈਂ ਦਾਤਾ ਜੀ ਨੂੰ ਮਿਲ ਕੇ ਹੀ ਜਾਣਾ, ਤਾਂ ਉਹ ਉੱਥੇ ਫੇਰ ਬੈਠ ਜਾਂਦਾ। ਸੋਚਣ ਲੱਗਦਾ ਹੈ ਕਿ ਦਾਤਾ ਜੀ ਵੀ ਮੈਨੂੰ ਦਰਸ਼ਨ ਦੇ ਦਿਓ, ਇਸ ਤੋਂ ਬਾਅਦ ਹੋ ਸਕਦਾ ਮੇਰੇ ਤੋਂ ਆਇਆ ਜਾਵੇ ਜਾਂ ਨਾ ਆਇਆ ਜਾਵੇ। ਬੈਠ ਕੇ ਫੇਰ ਵੇਟ ਕਰਨ ਲੱਗ ਜਾਂਦਾ ਤੇ ਆਪਣੇ ਮਨ ਦੇ ਵਿੱਚ ਸੋਚਦਾ ਕਿ ਦਾਤਾ ਜੀ ਦਰਸ਼ਨ ਦਿਓ, ਹੱਥ ਜੋੜ ਕੇ ਜੀ ਨੂੰ ਦੁਆ ਫਰਿਆਦ ਕਰਦਾ। ਜਦੋਂ ਉਹ ਲੜਕਾ ਦੇਖਦਾ ਕਿ ਦੇਰ ਕਾਫੀ ਹੋ ਗਈ ਹੈ ਪਰ ਸਾਈਂ ਜੀ ਅਜੇ ਤੱਕ ਆਏ ਨਹੀਂ, ਤਾਂ ਉਹ ਲੜਕਾ ਸੋਚਦਾ ਕਿ ਚਲੋ 5 ਮਿੰਟ ਵੇਟ ਹੋਰ ਕਰ ਲੈਂਦੇ ਹਾਂ, ਕੀ ਪਤਾ ਇੰਨੇ ਨੂੰ ਸਾਈਂ ਜੀ ਆ ਜਾਣ। ਜਦੋਂ ਉਹ ਲੜਕਾ ਉੱਥੋਂ ਉੱਠ ਕੇ ਜਾਣ ਲੱਗਦਾ ਤਾਂ ਦੇਖਦਾ ਕਿ ਸਾਈਂ ਜੀ ਆ ਰਹੇ ਨੇ। ਉਹ ਲੜਕਾ ਸਾਈਂ ਜੀ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਤੇ ਜਦੋਂ ਸਾਈਂ ਜੀ ਉਸ ਲੜਕੇ ਦੇ ਕੋਲ ਦੀ ਲੰਘਦੇ ਨੇ ਤਾਂ ਸਾਈਂ ਜੀ ਨੂੰ ਸਲਾਮ ਕਰਦਾ ਤੇ ਸਾਈਂ ਜੀ ਉਸ ਲੜਕੇ ਵੱਲ ਧਿਆਨ ਦੇ ਨਾਲ ਦੇਖਦੇ ਨੇ। ਉਹ ਲੜਕਾ ਸਾਈਂ ਜੀ ਨੂੰ ਕਹਿੰਦਾ ਕਿ ਸਾਈਂ ਜੀ ਮੇਰੇ ਤੇ ਕਿਰਪਾ ਕਰੋ, ਬਸ ਤੁਹਾਡੇ ਦਰਸ਼ਨ ਕਰਨੇ ਸੀ। ਹੁਣ ਸਾਈਂ ਜੀ ਜੋ ਵੀ ਸਾਈਂ ਜੀ ਦੇ ਦਰਬਾਰ ਤੇ ਆਉਂਦਾ, ਸਾਈਂ ਜੀ ਉਸ ਬਾਰੇ ਸਭ ਕੁਝ ਜਾਣਦੇ ਸੀ ਕਿ ਕਿੱਦਾਂ ਆਇਆ, ਕੀ ਲੈਣ ਆਇਆ। ਸਾਈਂ ਜੀ ਉਸ ਲੜਕੇ ਨੂੰ ਕਹਿੰਦੇ ਨੇ ਕਿ ਕਾਕਾ ਤੂੰ ਟੈਨਸ਼ਨ ਨਾ ਲੈ, ਤੂੰ ਬਾਹਰ ਚਲਿਆ ਜਾਏਗਾ, ਪਰ ਤੂੰ ਜੋ ਇਹ ਟੋਪੀ ਲਈ ਹੈ ਇਹ ਸਿੱਧੀ ਲਿਆ ਕਰ। ਉਸ ਲੜਕੇ ਨੇ ਕੈਪ ਲਈ ਹੋਈ ਸੀ ਪੁੱਠੀ ਕਰਕੇ, ਜੋ ਆਪਾਂ ਪਿੱਛੇ ਨੂੰ ਲੈ ਲੈਂਦੇ ਹਾਂ। ਤਾਂ ਸਾਈਂ ਜੀ ਕਹਿਣ ਲੱਗੇ ਕਿ ਕਾਕਾ ਇਹ ਟੋਪੀ ਸਿੱਧੀ ਲਿਆ ਕਰ, ਤੇ ਉਸ ਲੜਕੇ ਨੇ ਉਹ ਟੋਪੀ ਸਿੱਧੀ ਕੀਤੀ ਤੇ ਉਹ ਲੜਕਾ ਸਾਈਂ ਜੀ ਨੂੰ ਸਲਾਮ ਕਰਕੇ ਸਾਈਂ ਜੀ ਦੀ ਗੱਲ ਮੰਨ ਕੇ ਉੱਥੋਂ ਚਲਿਆ ਗਿਆ। ਤੇ ਬਾਅਦ ਦੇ ਵਿੱਚ ਇੱਕ ਉਹ ਵੀ ਦਿਨ ਆਇਆ ਜਦੋਂ ਉਹ ਲੜਕਾ ਬਾਹਰ ਚਲਿਆ ਗਿਆ, ਸਾਈਂ ਜੀ ਦੇ ਨਾਲ ਉਹ ਲੜਕਾ ਜੁੜਿਆ ਰਿਹਾ
ਕਿਰਪਾ ਹਮੇਸ਼ਾ ਮੰਗਦਾ ਰਿਹਾ ਤੇ ਜਦੋਂ ਵੀ ਉਹ ਲੜਕਾ ਇੰਡੀਆ ਆਇਆ ਤੇ ਸਭ ਤੋਂ ਪਹਿਲਾਂ ਸਾਈਂ ਜੀ ਦੇ ਦਰਬਾਰ ਤੇ ਸਲਾਮ ਕਰਨ ਲਈ ਗਿਆ। ਸਾਈਂ ਜੀ ਨੇ ਇਸੇ ਕਰਕੇ ਲਿਖ ਕੇ ਲਾਇਆ ਹੋਇਆ, ਝੋਲੀ ਭਰ ਦੂ ਮੁਰਾਦਾਂ ਨਾਲ ਤੇਰੀ, ਤੂੰ ਸੱਚੇ ਦਿਲੋਂ ਵੇਖ ਮੰਗ ਕੇ। ਆਪਾਂ ਚੁੱਪ ਰਹਿ ਕੇ ਵੀ ਸਾਈਂ ਜੀ ਤੋਂ ਸੱਚੇ ਦਿਲੋਂ ਸਭ ਕੁਝ ਮੰਗ ਸਕਦੇ ਹਾਂ ਤੇ ਆਪਣਾ ਸਾਈਂ ਜੀ ਆਪਣੇ ਦਿਲ ਦੀਆਂ ਜਾਣਦੇ ਨੇ, ਉਹ ਆਪਾਂ ਨੂੰ ਸਭ ਕੁਝ ਦੇ ਦਿੰਦੇ ਨੇ। ਇਹ ਸੀ ਅੱਜ ਦੀ ਵੀਡੀਓ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਜੈ ਸਾਈਂ ਗੁਲਾਮ ਸ਼ਾਹ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾ ਜੀ ਦੇ ਆਸ਼ਕ ਬੈਠੇ ਨੇ, ਉਹਨਾਂ ਦੇ ਮੁਰੀਦ ਬੈਠੇ ਨੇ, ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ। ਤੇ ਜੇਕਰ ਕੋਈ ਵੀਰ ਸਾਡੇ ਨਾਲ ਸਾਈਂ ਜੀ ਦਾ ਜਾਂ ਆਪਣੇ ਆਪਣੇ ਕਿਸੇ ਵੀ ਗੁਰੂ ਪੀਰ ਦਾ ਕਿੱਸਾ ਸਾਂਝਾ ਕਰਨਾ ਚਾਹੁੰਦਾ ਹੈ ਤੇ ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦਾ ਜੀ। ਧੰਨਵਾਦ, ਬਹੁਤ ਬਹੁਤ ਧੰਨਵਾਦ।